ਤਵਿੰਦਰ ਕੌਰ ਤੁਹਾਡਾ ਜਿਹੜਾ ਦੁਰਬੀਨ ਗੈਸਟ੍ਰਿਕ ਬਾਈਪਾਸ ਹੋਇਆ ਹਾਂਜੀ ਕਿੰਨੀ ਦੇਰ ਪਹਿਲਾਂ ਹੋਇਆ ਜੀ 25 ਫਰਵਰੀ ਨੂੰ ਹੋਇਆ 25 ਫਰਵਰੀ ਹਾਂਜੀ ਹੁਣ ਹੈਗਾ 10 ਸਤੰਬਰ ਤੋਂ ਤਕਰੀਬਨ 6 ਮਹੀਨੇ ਪੂਰੇ ਹੋ ਗਏ ਹਾਂਜੀ ਤੇ ਕਿੰਨਾ ਭਾਰ ਸੀ ਪਹਿਲਾਂ ਤੁਹਾਡਾ 98 ਕਿਲੋ ਸੀ 98 ਕਿਲੋ ਸੀ ਹੁਣ ਕਿੰਨਾ ਹੈਗਾ ਹੁਣ 76 ਤਾਂ ਤਕਰੀਬਨ 22 ਕਿਲੋ ਭਾਰ ਘਟ ਗਿਆ ਹਾਂਜੀ ਤਾਂ ਪਹਿਲਾਂ ਤੇ ਹੁਣ ਦਾ ਤੁਹਾਨੂੰ ਕੀ ਫਰਕ ਮਹਿਸੂਸ ਹੁੰਦਾ ਸਰੀਰ ਠੀਕ ਹੈ ਜੀ ਜਣੀ ਅੱਗੇ ਨਾਲ ਪਹਿਲਾਂ ਸਾਹ ਚੜਦਾ ਸੀ ਕੋਈ ਹਾਂਜੀ ਸਾਹ ਚੜਦਾ ਤਾਂ ਗੋਡੇ ਦੁਖਦੇ ਤੇ ਗੋਡੇ ਬਹੁਤ ਦੁਖਦੇ ਸੀ ਹੁਣ ਸਾਹ ਚੜਦਾ ਨਹੀਂ ਜੀ ਬਿਲਕੁਲ ਨਹੀਂ ਚੜਦਾ ਨਹੀਂ ਕਿੰਨਾ ਤੁਰ ਲੈਣੇ ਹੋ ਤੁਰ ਲੈਣੇ ਆ ਕਾਫੀ ਫਿਰ ਵੀ ਠੀਕ ਹੈ ਫਿਰ ਵੀ ਠੀਕ ਰਹਿੰਦਾ ਗੋਡੇ ਵੀ ਨਹੀਂ ਦੁਖਦੇ ਨਹੀਂ ਜੀ ਅੱਛਾ ਤੇ ਹੋਰ ਤੁਹਾਨੂੰ ਕੋਈ ਸ਼ੂਗਰ ਵਗੈਰਾ ਤਾਂ ਹੈ ਨਹੀਂ ਸੀ ਨਹੀਂ ਜੀ ਜਿਹੜੇ ਤੁਹਾਨੂੰ ਵਿਟਾਮਿਨ ਕੈਲਸ਼ੀਅਮ ਦਿੱਤੇ ਆ ਉਹ ਰੈਗੂਲਰ ਖਾ ਰਹੇ ਹਾਂ ਨਾ ਹਾਂਜੀ ਤਾਂ ਉਹ ਤੁਸੀਂ ਰੈਗੂਲਰ ਖਾਣੇ ਆ ਹਾਂਜੀ ਤੇ ਇੱਕ ਅੰਡਾ ਸ਼ੁਰੂ ਕਰੋ ਰੋਜ਼ ਦਾ ਅੰਡਾ ਵਾ ਵੀਰ ਜੀ ਸਾਡੇ ਡਾਕਟਰ ਸਾਹਿਬ ਜੀ ਮਹਾਰਾਜ ਹੈ ਘਰ ਚ ਹਾਂ ਅਸੀਂ ਮਹਾਰਾਜ ਪ੍ਰਕਾਸ਼ ਕੀਤੇ ਹੋਏ ਆ ਉਹ ਫਿਰ ਤਾਂ ਕਰਕੇ ਨਹੀਂ ਸਾਡੇ ਕਾਲ ਹੋਣਾ ਅੱਛਾ ਅੱਛਾ ਹਾਂਜੀ ਮੈਂ ਤੁਹਾਨੂੰ ਫਿਰ ਤੁਹਾਨੂੰ ਪ੍ਰੋਟੀਨ ਪਾਊਡਰ ਦੇ ਦਿੰਨੇ ਆ ਹਾਂਜੀ ਪਾਊਡਰ ਪ੍ਰੋਟੀਨ ਪਾਊਡਰ ਨਾ ਉਹ ਚਾਹੇ ਤਾਂ ਦੁੱਧ ਚ ਪਾ ਲੈ ਜਾਂ ਆਟੇ ਚ ਪਾ ਕੇ ਲੈ ਲਿਆ ਕਿਉਂਕਿ ਇਹ ਨਾ ਕਿੰਨੀ ਰੋਟੀ ਅੱਧੀ ਰੋਟੀ ਨਾਲ ਪੇਟ ਭਰ ਜਾਂਦਾ ਕਿੰਨੀ ਖਾ ਲੈਂਦੇ ਆ ਕਈ ਵਾਰ ਅੱਧੇ ਵੀ ਖਾਣ ਦੀ ਕਈ ਵਾਰ ਇੱਕ ਵੀ ਖਾ ਕਈ ਵਾਰ ਖਾ ਜਾਂਦੇ ਹੋ ਹਾਂਜੀ ਸੋ ਥੋੜਾ ਖਾ ਹੁੰਦਾ ਨਾ ਪਰ ਪੇਟ ਤਾਂ ਭਰ ਜਾਂਦਾ ਪੂਰਾ ਵਧੀਆ ਹਾਂਜੀ ਪੇਟ ਵਧੀਆ ਭਰ ਜਾਂਦਾ ਤੇ ਇਹ ਹੈ ਨਾ ਵੀ ਥੋੜਾ ਖਾਣਾ ਪਰ ਚੰਗਾ ਖਾਣਾ ਹਾਂਜੀ ਸੋ ਇਸ ਲਈ ਜਿਹੜਾ ਇਕੱਲਾ ਦਾਲ ਫੁਲਕਾ ਉਹਦੇ ਨਾਲ ਗੱਲ ਨਹੀਂ ਬਣਦੀ ਪੂਰੀ ਤੇ ਜੇ ਅੰਡਾ ਨਹੀਂ ਖਾਣਾ ਫਿਰ ਤੁਸੀਂ ਪ੍ਰੋਟੀਨ ਲੈ ਲਓ ਤੇ ਸੋਇਆਬੀਨ ਠੀਕ ਹੈ ਦਾਲਾਂ ਵੱਧ ਖਾਇਆ ਕਰੋ ਹਾਂਜੀ ਉਹ ਤਾਂ ਬਣਦੀ ਹੈ ਤੇ ਪਨੀਰ ਵਗੈਰਾ ਹੋ ਗਿਆ ਪਨੀਰ ਬਣਦਾ ਜੀ ਠੀਕ ਹੈ ਇਹ ਚੀਜ਼ਾਂ ਜ਼ਿਆਦਾ ਇਸਤੇਮਾਲ ਕਰਿਆ ਕਰੋ ਹਾਂਜੀ ਤੇ ਬਾਕੀ ਜਿਵੇਂ ਦੱਸਿਆ ਤੁਹਾਨੂੰ ਕੈਲਸ਼ੀਅਮ ਵਗੈਰਾ ਉਹ ਮਿਸ ਨਹੀਂ ਕਰਨੇ ਜੇ ਮਿਸ ਕਰੋਗੇ ਨਾ ਫਿਰ ਉਹ ਘਟ ਜਾਊਗਾ ਸਰੀਰ 'ਚ ਉਹਦੀ ਘਾਟ ਹੋ ਜਾਊਗੀ ਨਹੀਂ ਜੀ ਜਿਹੜੀਆਂ ਦਵਾਈਆਂ ਤੇ ਉਹ 6 ਮਹੀਨੇ ਬਾਅਦ ਟੈਸਟ ਜ਼ਰੂਰ ਕਰਾਉਣੇ ਆ ਤੇ ਸਾਨੂੰ ਦੱਸਣਾ ਜ਼ਰੂਰ ਹੈ ਤੁਸੀਂ ਠੀਕ ਹੈ